ਨੂੰ ਅਜੇ ਨਾ ਮਜਬੂਰਾ ਸਵੇਰੇ ਉੱਠ ਕੇ ਕੋਈ ਪਾਠ ਕਰਦਾ ਕੋਈ ਪੂਜਾ ਕਰਦਾ ਅਸੀਂ ਕੰਨੇ ਵੀ ਕਿਹੜੀ ਸੜਕ ਤੇ ਬੈਠੀਏ ਜਾ ਕੇ ਸਵੇਰੇ ਉੱਠ ਕੇ ਅਸੀਂ ਸਵੇਰੇ ਨਿਕਲ ਜੰਨੇ ਸ਼ਾਮ ਨੂੰ ਘਰੇ ਵੜਦੇ ਆ ਇਹ ਸਰਕਾਰਾਂ ਦੀ ਕਿਹੋ ਜੀ ਸੋਚ ਹੈ ਜਨਤਾ ਕਿਵੇਂ ਤੜਫਦੀ ਫਿਰ ਰਹੀ ਹੈ ਸਸੀਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਵੇਖ ਰਹੇ ਹੋ ਤੇ ਮੈਂ ਹਾਂ ਮਨਦੀਪ ਸਿੰਘ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਤੇ ਹੁਣ ਕਿਸਾਨਾਂ ਦੇ ਨਾਲ ਆਮ ਵਰਗ ਦੇ ਜਿਹੜੇ ਲੋਕ ਨੇ ਉਹ ਵੀ ਜੁੜਨ ਲੱਗੇ ਨੇ ਕਿਉਂਕਿ ਜਿਹੜੀ ਮਹਿੰਗਾਈ ਹੈ ਚਾਹੇ ਗੱਲ ਪੈਟਰੋਲ ਦੀ ਕੀਤੀ ਜਾਵੇ ਗੱਲ ਅਸੀਂ ਐਲਪੀਜੀ ਸਿਲੰਡਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸਤੇ ਵੀ ਜਿਹੜੇ ਭਾਅ ਨੇ ਦਿਨ ਪ੍ਰਤੀ ਦਿਨ ਵੱਧੇ ਜਾ ਰਹੇ ਨੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਨਾਲ ਆਮ ਵਰਗ ਦੇ ਜਿਹੜੇ ਲੋਕ ਨੇ ਉਹ ਵੀ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਪਟਿਆਲੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਰਹੇ ਹੋ ਭਾਰੀ ਗਿਣਤੀ ਦੇ ਵਿੱਚ ਜੜੀਆਂ ਬੀਬੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਕਿਉਂਕਿ ਆਮ ਵਰਗ ਦੀ ਜੇਕਰ ਗੱਲ ਕੀਤੀ ਜਾਵੇ ਆਮ ਰੋਜ਼ਾਨਾ ਦੀ ਵਸਤੂਆਂ ਦੀ ਜੇਕਰ ਗੱਲ ਕੀਤੀ ਜਾਵੇ ਜਿਸ ਦੀ ਮਹਿੰਗਾਈ ਜਿਹੜੀ ਹੈ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਸਿਲੰਡਰ ਮਹਿੰਗੇ ਹੁੰਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਰੋਸ ਕੀਤਾ ਜਾ ਰਿਹਾ ਹੈ ਬੀਬੀ ਜੀ ਸਾਡੇ ਨਾਲ ਇਹ ਸੀ ਗੱਲਬਾਤ ਕਰਦੇ ਆਂ ਮਾਤਾ ਜੀ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਇੱਥੇ ਪਹੁੰਚੇ ਹੋਏ ਹੋ ਕੀ ਕਹਿਣਾ ਕਾਦੇ ਲਈ ਪ੍ਰੋਟੈਸਟ ਕਰ ਰਹੇ ਹੋ ਅਸੀਂ ਜਿਹੜੀ ਮੰਗਾਇਦੀ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਉਹਦੇ ਵਾਸਤੇ ਕਿਸਾਨ ਤਾਂ ਪਹਿਲਾਂ ਹੀ ਆਤਮ ਹੱਤਿਆ ਕਰਦਾ ਸੀ ਪਰ ਇਸ ਨੇ ਬਹੁਤ ਮਜਬੂਰ ਕਰਤਾ ਹੁਣ ਸਾਡੇ ਤੇ ਬਹੁਤ ਹਤਿਆਚਾਰ ਹੋ ਰਿਹਾ ਈ ਇਹ ਦੇਖੋ ਸਰੋਂ ਦਾ ਤੇਲ 60-70 ਰੁਪਏ ਲੀਟਰ 50 ਰੁਪਏ ਲੀਟਰ ਮਿੱਗਦਾ ਸੀ ਜਿਹੜਾ ਅੱਜ ਸਾਨੂੰ ਸਾਡੇ ਖੇਤ ਚੋਂ ਜਾ ਕੇ 70-40-50 ਨੂੰ ਲੈ ਕੇ ਆ 150 ਰੁਪਏ ਦੀ ਬੋਤਲ ਮਿਲ ਰਹੀ ਆ ਸਾਨੂੰ ਸਰਕਾਰ ਨੂੰ ਫਰਕ ਕਿਉਂ ਨਹੀਂ ਪੈਂਦਾ ਕਿਉਂਕਿ ਕਿਸਾਨੀ ਪਹਿਲਾਂ ਹੀ ਖਤਮ ਕਰਨ ਨੂੰ ਤੁਲੀ ਹੋਈ ਆ ਸਰਕਾਰ ਤੇ ਆਮ ਵਰਗ ਦੀ ਜੇਕਰ ਗੱਲ ਕੀਤੀ ਜਾਵੇ ਸਿਲੰਡਰ ਮਹਿੰਗਾ ਹੋ ਗਿਆ ਪੈਟਰੋਲ ਕੀ ਲੱਗਦਾ ਆਮ ਵਰਗ ਦੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਚੱਲਣਾ ਪੈ ਰਿਹਾ ਇਹਦਾ ਇਹ ਸਰਕਾਰ ਕਹਿੰਦੀ ਹੈ ਵੀ ਜਨਤਾ ਮਰ ਜਾਏ ਬਸ ਅਸੀਂ ਤਾਂ ਮਰਨ ਤੇ ਆਏ ਵੇ ਅਸੀਂ ਮਰੇ ਪਈਆਂ ਪਹਿਲਾਂ ਹੀ ਅਸੀਂ ਹੋਰ ਵੀ ਸਾਨੂੰ ਸਰਕਾਰ ਨੇ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨਾਲ ਕੇ ਸਾਨੂੰ ਮਾਰਨ ਤੇ ਤੁਲੀਆਂ ਹੋਈਆਂ ਕਾਨੂੰ ਅੱਜ ਇੰਨਾ ਮਜਬੂਰਾ ਸਵੇਰੀ ਉੱਠ ਕੇ ਕੋਈ ਪਾਠ ਕਰਦਾ ਕੋਈ ਪੂਜਾ ਕਰਦਾ ਅਸੀਂ ਕਿੰਨੇ ਵੀ ਕਿਹੜੀ ਸੜਕ ਤੇ ਬੈਠੀ ਆ ਜਾ ਕੇ ਸਵੇਰੇ ਉੱਠ ਕੇ ਸਾਡੀ ਇਹ ਸੋਚ ਹੋ ਗਈ ਹੁਣ ਕਿ ਕਿੱਥੇ ਤਰਨਾ ਲਾਈਏ ਅਸੀਂ ਜਾ ਕੇ ਅਸੀਂ ਇੰਨੇ ਦੁਖੀ ਕਰੇ ਹੋਏ ਆ ਸਰਕਾਰਾਂ ਨੇ ਬੱਚਿਆਂ ਨੂੰ ਵਾਸੀਆ ਦਵਾਸੀਆ ਰੋਟੀਆਂ ਖਾਣੀਆਂ ਪੈਂਦੀਆਂ ਨੇ ਅਸੀਂ ਸਵੇਰੇ ਨਿਕਲ ਜੰਨੇ ਸ਼ਾਮ ਨੂੰ ਘਰੇ ਵੜਦੇ ਆ ਇਹ ਸਰਕਾਰਾਂ ਦੀ ਕਿਹੋ ਜੀ ਸੋਚ ਹੈ ਜਨਤਾ ਕਿਵੇਂ ਤੜਫਦੀ ਫਿਰ ਰਹੀ ਹੈ ਇਹਨਾਂ ਵੋਟਾਂ ਪਾ ਕੇ ਸੀ ਤਾਕਤ ਤੇ ਬਿਠਾ ਨਹੀਂ ਇਸ ਕੰਮ ਵਾਸਤੇ ਨਹੀਂ ਬਿਠਾਉਂਦੇ ਕਿ ਸਾਨੂੰ ਸੜਕਾਂ ਤੇ ਰੋਲੋ ਅਸੀਂ ਇਹਨਾਂ ਨੂੰ ਅਪੀਲ ਕਰਦੇ ਆਂ ਵੀ ਮੰਗਿਆਈ ਵਾਰੇ ਕੁਝ ਸੋਚੋ ਇਹਨੂੰ ਨਾਤ ਪਾਓ ਜਿਹੜੇ ਨੂੰ 500 ਰੁਪਏ ਦਿਹਾੜੀ ਮਿਲਨੇ 400 ਕਿੱਥੋਂ ਨਾਲ ਲੈ ਆਏਗਾ ਕਿੱਥੋਂ ਕਰੇਗਾ ਆਪਣਾ ਗੁਜ਼ਾਰਾ ਸਰਕਾਰ ਦੇ ਅੜੀਅਲ ਰਵੱਈਏ ਨੂੰ ਕਿਵੇਂ ਦੇਖਦੇ ਹੋ ਲੰਬਾ ਸਮਾਂ ਹੋ ਗਿਆ ਜਿਹੜੇ ਕਿਸਾਨ ਵੀਰ ਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਉਸ ਤੋਂ ਪਹਿਲਾਂ ਪੰਜਾਬ 'ਚ ਵੀ ਪ੍ਰੋਟੈਸਟ ਕਰਦੇ ਰਹੇ ਨੇ ਪਰ ਜਿਹੜੀਆਂ ਸਰਕਾਰਾਂ ਨੇ ਅੜੀਅਲ ਰਵੱਈਆ ਅਪਣਾ ਰਹੀ ਆ ਕਿਸਾਨ ਦੇ ਹੱਕ ਦੀ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਜਾ ਰਹੀ ਮੈਨੂੰ ਸ਼ਰਮ ਆਉਣੀ ਚਾਹੀਦੀ ਆ 350 ਦੇ ਨੇੜੇ ਕਿਸਾਨ ਸ਼ਹੀਦ ਹੋ ਗਿਆ ਰਾਦੇ ਵਾਸਤੇ ਹੁੰਦੀਆਂ ਨੇ ਸਰਕਾਰਾਂ ਜਨਤਾ ਦੀ ਸੇਵਾ ਵਾਸਤੇ ਹੁੰਦੀਆਂ ਨੇ ਪਰ ਇਹਨੇ ਸਾਨੂੰ ਮਾਰਨ ਤੇ ਤੁਲੀ ਹੋਈ ਐ ਇਹਨਾਂ ਨੂੰ ਜੇਕਰ ਪੜਕੇ ਜੀ ਜਨਤਾ ਹੀ ਨਹੀਂ ਰਹੀ ਤੁਸੀਂ ਰਾਜਕੀਤੇ ਕਰੋਗੇ ਤੁਸੀਂ ਇਸ ਕੰਮ ਵਾਸਤੇ ਤਖਤ ਤੇ ਬਿਠਾਉਨੇ ਆ ਵੀ ਸਾਨੂੰ ਭਖਾਰੀ ਬਣਾ ਕੇ ਮੰਗ ਤੇ ਬਣਾ ਦੋ ਸੜਕਾਂ ਤੇ ਬਿਠਾ ਦੋ ਮੋਦੀ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਜਿਹੜੀ ਚੀਜ਼ ਦੀ ਸਾਨੂੰ ਲੋੜ ਐ ਨਹੀਂ ਜਿਹੜੇ ਕਾਨੂੰਨਾਂ ਦੀ ਸਾਨੂੰ ਲੋੜ ਐ ਨਾ ਕਿਉਂ ਸਾਨੂੰ ਪਾਸ ਕਰਕੇ ਦੇਏ ਜਾ ਰਹੇ ਆ ਜੇ ਸਾਨੂੰ ਲੋੜ ਐ ਨਹੀਂ ਹੈਗੀ ਜਿਸ ਚੀਜ਼ ਦੀ ਮੈਂ ਤੈਨੂੰ ਕਹਾ ਵੀ ਐਨੀ ਗਰਮੀ 'ਚ ਤੂੰ ਕੋਟ ਪਾ ਕੇ ਖੜ ਜਾ ਜੇ ਤੈਨੂੰ ਉਹਦੀ ਲੋੜ ਐ ਨਹੀਂ ਹੈਗੀ ਤੂੰ ਕਿਉਂ ਪਾਏਗਾ ਸਾਨੂੰ ਇਹਨਾਂ ਕਾਨੂੰਨਾਂ ਦੀ ਲੋੜ ਨਹੀਂ ਹੈ ਰੱਦ ਹੋਣੇ ਚਾਹੀਦੇ ਨੇ ਬਿਲਕੁਲ ਕਿਤਨਾ ਕਿਤੇ ਕੇਂਦਰ ਸਰਕਾਰ ਦੇ ਖਿਲਾਫ ਰੱਜ ਕੇ ਨਾਰੇਬਾਜੀ ਕੀਤੀ ਜਾ ਰਹੀ ਹੈ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕਾਲੇ ਕਾਨੂੰਨ ਨੇ ਉਸ ਨੂੰ ਵਾਪਸ ਕੀਤਾ ਜਾਵੇ ਤੇ ਉਸ ਤੋਂ ਇਲਾਵਾ ਜਿਹੜੇ ਰੋਜ਼ਾਨਾ ਦੇ ਇਸਤੇਮਾਲ ਹੋਣ ਵਾਲੀਆਂ ਜਿਹੜੀਆਂ ਵਸਤਾਂ ਨੇ ਚਾਹੇ ਸਿਲੰਡਰ ਹੋਵੇ ਚਾਹੇ ਪੈਟਰੋਲ ਹੋਵੇ ਉਸ ਦੀ ਵੀ ਜਿਹੜੀ ਦਿਨ ਪ੍ਰਤੀ ਦਿਨ ਜਿਹੜੇ ਭਾਅ ਨੇ ਵਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਸ ਨੂੰ ਲੈ ਕੇ ਜਿਹੜੀਆਂ ਬੀਬੀਆਂ ਨੇ ਔਰਤਾਂ ਨੇ ਉਹ ਭਾਰੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੁਝ ਸਟੂਡੈਂਟ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਦਿਖਾ ਦਈਏ ਕਿ ਡਫਲੀ ਆ ਉਹਨਾਂ ਦੇ ਹੱਥ ਦੇ ਵਿੱਚ ਤੇ ਰੋਸ ਜਿਹੜਾ ਹੈਗਾ ਹਰ ਵਰਗ ਦੇ ਜਿਹੜੇ ਲੋਕ ਨੇ ਆਪਣਾ ਰੋਸ ਜਿਹੜਾ ਪ੍ਰਗਟ ਕਰ ਰਹੇ ਨੇ ਕਿਉਂਕਿ ਕਿਤਨਾ ਕਿਤੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਚਾਹੇ ਉਹ ਕਿਸਾਨ ਦੇ ਪੱਖੀ ਹੋਵੇ ਚਾਹੇ ਰੋਜ਼ਾਨਾ ਵਸਤੂਆਂ ਦੀ ਜਿਹੜੇ ਭਾਅ ਨੇ ਉਹ ਵਧਣ ਨੂੰ ਲੈ ਕੇ ਹੋਵੇ ਤੇ ਆਮ ਵਰਗ ਦੇ ਜਿਹੜੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਉੱtre ਹੋਏ ਨੇ ਅਸੀਂ ਗੱਲਬਾਤ ਕਰਦੇ ਆਂ ਜੀ ਕੀ ਨਾਮ ਹੈ ਮੈਡਮ ਤੁਹਾਡਾ ਮੇਰਾ ਨਾਮ ਸੰਦੀਪ ਕੌਰ ਤੁਸੀਂ ਵੀ ਇੱਥੇ ਸੰਘਰਸ਼ ਚ ਬੈਠੇ ਹੋ ਕੀ ਕਹਿਣਾ ਤੁਹਾਡਾ ਕਿਉਂ ਤੁਹਾਡੇ ਵੱਲੋਂ ਵੀ ਲਗਾਤਾਰ ਕੇਂਦਰ ਸਰਕਾਰ ਮੁਰਦਾਬਾਦ ਦੇ ਜਿਵੇਂ ਨਾਰੇ ਲਾਏ ਜਾ ਰਹੇ ਨੇ ਕੀ ਕਿਉਂ ਬੈਠੇ ਹੋ ਪ੍ਰੋਟੈਸਟ ਕਿਉਂ ਕਰ ਰਹੇ ਹੋ ਦੇਖੋ ਜੀ ਜਿਹੜਾ ਕੇਂਦਰ ਸਰਕਾਰ ਨੇ ਮਤਲਬ ਪਿਛਲੇ ਸਾਲ ਜੂਨ ਦੇ ਵਿੱਚ ਜੋ ਇਹ ਖੇਤੀ ਦੇ ਆਰਡੀਨੈਂਸ ਲੈ ਕੇ ਆਂਦੇ ਆ ਬਾਅਦ ਚ ਇਹ ਹੁਣ ਕਾਨੂੰਨ ਬਣ ਚੁੱਕੇ ਆ ਤਾਂ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਪਹਿਲੇ ਨੰਬਰ ਤੇ ਕੀ ਹੈ ਜਿਹੜੇ ਕਾਨੂੰਨ ਨੇ ਇਹ ਬਿਲਕੁਲ ਰੱਦ ਹੋਣੇ ਚਾਹੀਦੇ ਨੇ ਕੋਈ ਇਹਦੇ 'ਚ ਸੋਧ ਨਹੀਂ ਮਨਜ਼ੂਰ ਹੈਗੀ ਸਾਨੂੰ ਬਿਲਕੁਲ ਰੱਦ ਹੋਣੀ ਚਾਹੀਦੀ ਨੇ ਦੂਸਰਾ ਜਿਹੜੇ ਮਤਲਬ ਇੰਨਾ ਕਾਨੂੰਨਾਂ ਦੇ ਮਤਲਬ ਜਿਹੜੇ ਵਿਰੋਧ ਕਰ ਰਹੇ ਨੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਚਾਹੇ ਮਜ਼ਦੂਰ ਵੀ ਨੇ ਉਹ ਚ ਅਲੱਗ-ਅਲੱਗ ਤਬਕੇ ਤੋਂ ਆਏ ਹੋਏ ਲੋਕ ਨੇ ਤਾਂ ਉਹ ਸੰਘਰਸ਼ ਕਰ ਰਹੇ ਲੋਕਾਂ ਤੇ ਲਗਾਤਾਰ ਇਥੋਂ ਦੀਆਂ ਜੇਲਾਂ ਚੁੱਟ ਰਹੀ ਹੈ ਚਾਹੇ ਉਹਦੇ ਚ ਮਜ਼ਦੂਰ ਆਗੂ ਹੋਣਾ ਚਾਹੇ ਉਹਦੇ ਚ ਵਾਤਾਵਰਨ ਨਾਲ ਸੰਬੰਧਿਤ ਜਿਹੜੇ ਕਾਰਕੂਨ ਨੇ ਜਿਹੜੇ ਕਰ ਰਹੇ ਨੇ ਜਾਂ ਕੋਈ ਵੀ ਜਿਹੜਾ ਬੰਦਾ ਜਿਹੜਾ ਇਸ ਸੰਘਰਸ਼ ਦੀ ਹਮਾਇਤ ਕਰ ਰਿਹਾ ਉਹ ਚਾਹੇ ਬਾਹਰਲੇ ਦੇਸ਼ਾਂ ਤੋਂ ਚਾਹੇ ਇੰਡੀਆ ਤੋਂ ਆ ਤਾਂ ਉਹਨਾਂ ਦੇ ਖਿਲਾਫ ਜਿਹੜੀਆਂ ਇੱਥੇ ਦੀ ਸਰਕਾਰਾਂ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਪਰਚੇ ਪਾ ਰਹੀਆਂ ਨੇ ਤੇ ਸਾਡੀ ਇਹ ਮੰਗ ਅੱਜ ਵਾਲੇ ਇਸ ਪ੍ਰੋਟੈਸਟ ਦੇ ਕਾਨਫਰੰਸ ਦੇ ਵੱਲੋਂ ਕਿ ਉਹ ਜਿਹੜੇ ਪਰਚੇ ਨੇ ਜਿਹੜੇ ਉਹਨਾਂ ਤੇ ਮਤਲਬ ਯੂਪੀਏ ਵਰਗੇ ਕਾਨੂੰਨ ਲਾਏ ਜਾ ਰਹੇ ਨੇ ਉਹ ਬਿਲਕੁਲ ਮਤਲਬ ਰੱਦ ਹੋਣੇ ਚਾਹੀਦੇ ਨੇ ਤਾਂ ਅਸੀਂ ਇਸ ਚੀਜ਼ ਲਈ ਇਹ ਲਗਾ ਵਿਦਿਆਰਥੀਆਂ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋਏ ਥੇ ਲੋਕ ਨੇ ਤਾਂ ਅਸੀਂ ਲਗਾਤਾਰ ਇਸ ਦਾ ਮਤਲਬ ਵਿਰੋਧ ਕਰ ਰਹੇ ਹਾਂ ਕਿ ਜਿਹੜੇ ਕਾਨੂੰਨ ਨੇ ਇਹ ਲੋਕਾਂ ਲਈ ਬਹੁਤ ਮਾਰੂ ਨੇ ਤੇ ਰੱਦ ਹੋਣੇ ਚਾਹੀਦੇ ਨੇ ਨੀਤੀਆਂ ਨੂੰ ਕਿਵੇਂ ਵੇਖਦੇ ਹੋ ਸਰਕਾਰ ਦੀਆਂ ਕੋਈ ਪਰਚੀਆਂ ਦੀ ਤੁਸੀਂ ਗੱਲ ਕੀਤੀ ਨੌ ਦੀਪ ਹੌਨਾ ਦੀ ਆਪਾਂ ਗੱਲ ਕਰਾਂਗੇ ਉਹਨਾਂ ਤੇ ਪਰਚੇ ਪਾਏ ਗਏ ਹੋਰ ਵੀ ਕਈ ਨੌਜਵਾਨ ਨੇ ਜਿਹੜੇ ਬਗੈਰ ਕਿਸੇ ਕਸੂਰ ਤੋਂ ਅੰਦਰ ਕੀਤੇ ਗਏ ਨੇ ਨੀਤੀ ਨੂੰ ਕਿਵੇਂ ਵੇਖਦੇ ਹੋ ਕਿਉਂ ਇੰਨੀ ਅੜੀਲ ਰਵਈਆ ਅਪਣਾ ਰਹੀ ਹੈ ਸਰਕਾਰ ਕਿਉਂ ਇੰਨੀਆਂ ਮਾੜੀਆਂ ਨੀਤੀਆਂ ਅੱਗੇ ਲੈ ਕੇ ਆ ਰਹੀ ਹੈ ਦੇਖੋ ਸਰਕਾਰਾਂ ਨੂੰ ਸ਼ਾਇਦ ਇਹ ਪੁਲੇਖਾ ਸੀਗਾ ਕਿ ਅਸੀਂ ਮਤਲਬ ਤੁਸੀਂ ਦੇਖੋ 2014 ਤੋਂ ਲੈ ਕੇ ਆਈ ਹੋਈ ਹੈ ਮੋਦੀ ਸਰਕਾਰ ਇਹ ਲਗਾਤਾਰ ਇਹੋ ਜੇ ਕਾਨੂੰਨ ਲੈ ਕੇ ਆ ਰਹੀ ਹੈ ਕਿਤੇ ਮਤਲਬ ਨੋਟਬੰਦੀ ਕਰਤੀ ਕਿਤੇ GST ਲਾਗੂ ਕਰਤਾ ਫਿਰ ਉਸ ਤੋਂ ਦਾ ਮਤਲਬ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 35 ਇਹ ਹਟਾਈ ਜਾਂਦੀ ਆ ਫਿਰ ਮਤਲਬ ਸੀਏ ਲੈ ਕੇ ਆਇਆ ਜਾਂਦਾ ਤਾਂ ਇਹਨਾਂ ਨੂੰ ਐ ਲੱਗਦਾ ਸੀ ਵੀ ਲੋਕ ਬੋਲ ਨਹੀਂ ਰਹੇਗੇ ਲੋਕ ਬੋਲ ਉਦੋਂ ਵੀ ਰਹੇ ਸੀ ਵੱਡੇ ਵੱਡੇ ਪ੍ਰੋਟੈਸਟ ਹੋਏ ਨੇ ਆਪ ਨੂੰ ਪਤਾ ਕਰੋਨਾ ਕਰਕੇ ਹਾਲਾਂਕਿ ਉਹ ਮਤਲਬ ਥੋੜਾ ਮੱਦਮ ਪੈ ਗਏ ਪਰ ਇਹ ਜਿਹੜੀ ਸਰਕਾਰ ਇਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਪੰਜਾਬ ਦੇ ਲੋਕਾਂ ਦੇ ਉੱਪਰ ਇਹ ਕਾਨੂੰਨ ਥੋਪ ਦਾਂਗੇ ਤਾਂ ਕਰੋਨਾ ਦੀ ਆਰ ਦੇ ਵਿੱਚ ਲੋਕਾਂ ਨੇ ਕਿਹੜਾ ਘਰੋਂ ਬਾਹਰ ਨਿਕਲਣਾ ਵੀ ਅਸੀਂ ਇਹ ਕਾਨੂੰਨ ਲਾਗੂ ਕਰਦੇ ਨੇ ਆਰਾਮ ਨਾਲ ਲਾਗੂ ਹੋ ਜਾਣਗੇ ਤੇ ਸਾਡਾ ਮਤਲਬ ਜੋ ਉਹ ਚਾਹੁੰਦੇ ਨੇ ਉਹ ਨੀਤੀਆਂ ਹੋ ਜਾਣਗੀਆਂ ਪੂਰੀਆਂ ਪਰ ਉਹਨਾਂ ਨੂੰ ਭ ਮੋਹ ਹੁੰਦੀ ਆ ਜਿਹਦੀ ਹਿਸਟਰੀ ਜਦੋਂ ਇਤਿਹਾਸ ਪੜ੍ਹਦੇ ਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਰਿਹਾ ਜਿਨੇ ਜ਼ਮੀਨ ਹਲਵਾ ਹਕ ਦੀ ਦਾ ਨਾਰਾ ਤੁਸੀਂ ਗੁਰੂ ਗੋਬੇ ਸਿੰਘ ਜੀ ਵਰਗੇ ਰਹੇ ਨੇ ਜਿਨ੍ਹਾਂ ਨੇ ਇਹਨਾਂ ਲੋਕਾਂ ਦੇ ਜਿਹੜੇ ਅੱਜ ਸੰਘਰਸ਼ ਕਰ ਰਹੇ ਨੇ ਉਹ ਜਿਹੜੇ ਉਹਨਾਂ ਦੇ ਵਾਰਿਸ ਨੇ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਤਾਂ ਤੁਸੀਂ ਉਹਨਾਂ ਦੇ ਵਾਰਸ ਆ ਇਹ ਮੋਦੀ ਸਰਕਾਰ ਭੁੱਲ ਜਾਵੇ ਕਿ ਮਤਲਬ ਉਹ ਕਾਨੂੰਨ ਆਰਾਮ ਨਾਲ ਲਾਗੂ ਕਰ ਦੂ ਤੇ ਅਸੀਂ ਚੁੱਪ ਕਰਕੇ ਬੈਠੇ ਰਾਵਾਂਗੇ ਅੱਜ ਵੀ ਸੜਕਾਂ ਤੇ ਬੈਠੇ ਆ ਦਿੱਲੀ ਦੀਆਂ ਬਰੂਹਾਂ ਤੇ ਵੀ ਬੈਠਿਆ ਜਾ ਕੇ ਤੇ ਬੈਠੇ ਰਾਵਾਂਗੇ ਜਿੰਨਾ ਟਾਈਮ ਕਾਨੂੰਨ ਵਾਪਸ ਨਹੀਂ ਕਰਦੀ ਹੈਗੀ ਸਰਕਾਰ ਬਿਲਕੁਲ ਪੰਜਾਬੀ ਯੂਨੀ ਨਾ ਤੁਹਾਨੂੰ ਇੱਕ ਵਾਰ ਫੇਰ ਤੋਂ ਦਿਖਾਵਾਂਗੇ ਪਟਿਆਲੇ ਦੀਆਂ ਤਸਵੀਰਾਂ ਨੇ ਜਿੱਥੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਵੱਖ-ਵੱਖ ਵਰਗ ਦੇ ਜਿਹੜੇ ਲੋਕ ਨੇ ਉਹ ਬੈਠੇ ਹੋਏ ਨੇ ਤੇ ਪ੍ਰੋਟੈਸਟ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਜਿਹੜੀ ਹੈ ਨਾਰੇबाजी ਕਰ ਰਹੇ ਨੇ ਕਿਸਾਨ ਵੀਰ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਤੁਸੀਂ ਅਜੇ ਇੱਥੇ ਪਹੁੰਚੇ ਹੋ ਪ੍ਰੋਟੈਸਟ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਕੀ ਮੰਗਾ ਨੇ ਕਿ ਕਾਲੇ ਕਾਨੂੰਨੇ ਕੱਲੇ ਕੇ ਹੋਰ ਵੀ ਕਿਸੇ ਚੀਜ਼ਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹੋ ਮੁੱਖ ਤਾਂ ਕਾਲੇ ਕਾਨੂੰਨਾਂ ਵਾਲੀ ਗੱਲ ਚੱਲਦੀ ਆ ਪਰ ਇਹਦਾ ਪਿਸ਼ੋਕੜ ਇਹ ਆ ਜਿਹੜਾ ਸਾਡਾ ਸਰਕਾਰ ਆ ਸਿਸਟਮ ਹੈ ਤਾਨਾਸ਼ਾਹ ਹਕੂਮਤ ਕਾਰਪੋਰੇਟ ਸੈਕਟਰ ਦੀ ਰਾਖੀ ਕਰਦੀ ਆ ਕਿਉਂਕਿ ਤਾਨਾਸ਼ਾਹ ਹਕੂਮਤ ਉਦੋਂ ਹੀ ਬਣਦੀ ਆ ਜਦੋਂ ਪੂੰਜੀਵਾਦੀ ਸਿਸਟਮ ਰਾਜ ਕਰਨ ਦੇ ਹੋਰ ਹੀਲੇ ਫਸੀਲੇ ਨਾ ਹੋਣ ਫਿਰ ਉਹ ਤਾਨਾਸ਼ਾਹ ਬਣਦਾ ਹੈ ਉਹ ਤਾਨਾਸ਼ਾਹੀ ਦੇ ਵਿਰੁੱਧ ਲੋਕਾਂ ਦੀਆਂ ਮੰਗਾਂ ਮਸਲਾਂ ਨੂੰ ਕਿਸਾਨਾਂ ਦੀਆਂ ਲਹਿਰ ਦੀਆਂ ਮੰਗਾਂ ਮਸਲਾਂ ਨੂੰ ਆਮ ਲੋਕਾਂ ਦੀਆਂ ਮੰਗਾਂ ਮਸਲਾਂ ਤੋਂ ਜਿਹੜਾ ਉਹ ਸਖਤੀ ਆਪਣਾ ਮੂੰਹ ਵਿੱਚੀ ਖੜਾ ਸਿਸਟਮ ਉਹਦੇ ਵਿਰੋਧ ਚ ਤਾਨਾਸ਼ਾਹ ਦੇ ਵਿਰੋਧ ਚ ਆ ਸਾਰਾ ਜਿਹੜਾ ਆਰਥਿਕ ਸਿਸਟਮ ਉਹ ਨਿੱਜੀਕਰਨ ਜੀ ਕਰਨ ਜਾ ਰਿਹਾ ਸਮੁੱਚੇ ਵਰਗਾ ਤੇ ਪੂਰੇ ਮੁਲਕ ਦੇ ਉਦਾਸਰ ਹੈ ਜਿਹੜਾ ਸਾਡਾ ਆਰਥਿਕ ਪ੍ਰਬੰਧ ਬਦਲਣਾ ਚਾਹੀਦਾ ਹੈ ਇਹ ਲੋਕਾਂ ਦਾ ਕਿਸੇ ਕੰਮ ਦਾ ਨਹੀਂ ਪਰ ਤਾਨਾਸ਼ਾ ਹਕੂਮਤ ਤਾਕਤ ਤੇ ਜ਼ੋਰ ਇਸ ਪ੍ਰੰਧ ਨੂੰ ਕਾਇਮ ਰੱਖਦੀ ਹੁੰਦੀ ਹੈ ਇਸ ਕਰਕੇ ਲੋਕਾਂ ਦੀ ਲੜਾਈ ਕੋਲ ਲੰਬਾ ਇਸ ਪ੍ਰੰਧ ਨੂੰ ਬਦਲਣ ਤੱਕ ਲੜਾਈ ਜਾਣੀ ਹੈ ਇਸੇ ਲਈ ਲੋਕਾਂ ਦੀ ਅਵੇਅਰਨੈਸ ਲੋਕਾਂ ਨੂੰ ਇਹ ਸਰਾ ਤੋਰਨ ਦਾ ਜਿਹੜਾ ਇਤਿਹਾਸਿਕ ਕਾਰਜ ਹੈ ਉਹ ਸਾਡੀਆਂ ਜਥੇਬੰਦੀਆਂ ਅਗਵਾਈ ਕਰਦੀਆਂ ਨੇ ਪੂਰੇ ਦੇਸ਼ ਦੇ ਮੁਲਕ ਪੂਰੀ ਦੁਨੀਆ ਚ ਅੱਜ ਸਾਮਰਾਜ ਦੇ ਖਾਤਮੇ ਦੀ ਲੜਾਈ ਹੈ ਜਿਹੜੀ ਅਸਲ ਸਾਰੀਆਂ ਮੁਸੀਬਤਾਂ ਦੀ ਜੜ ਹੈ ਨਿੱਜੀਕਰਨ ਜੋ ਵੀ ਕੁਸ ਹੈ ਇਹ ਮਨਾਫਕੂਰੀ ਤੇ ਟਿਕਿਆ ਹੋਇਆ ਨਿੱਜੀ ਮੁਨਾਫੇ ਲਈ ਟਿਕਿਆ ਹੋਇਆ ਸਾਡੇ ਸਮਾਜ ਦਾ ਮਸਲਾ ਲੋਕਾਂ ਦਾ ਮਸਲਾ ਇਸ ਕਰਕੇ ਸਾਨੂੰ ਸਮਾਜਵਾਦੀ ਸਿਸਟਮ ਦੀ ਲੋੜ ਹੈ ਜੀ ਸਮੁੱਚਾ ਸਮਾਜ ਜੀ ਉਹਨਾਂ ਤੇ ਕਰੇ ਖੁਸ਼ਹਾਲ ਹੋਵੇ ਆਪਣੀ ਕਮਾਈ ਦੇ ਸਰੋਂ ਵਧੀਆ ਜ਼ਿੰਦਗੀ ਜੀਵੇ ਹੁਣ ਦਾ ਸਿਸਟਮ ਸਾਡੀ ਕਮਾਈ ਨੂੰ ਲੁੱਟਦਾ ਹੈ ਉਹ ਲੁਟੇਰਾ ਵਰਗ ਅਮੀਰ ਹੋ ਰਿਹਾ ਹੈ ਬਾਕੀ ਲੋਕਾਂ ਨੂੰ ਬੇਜ਼ਰਗਾਰੀ ਤੰਗੀ ਹਰ ਕਿਸਮ ਦੀ ਔਕੜਾਂ ਚ ਸਾਡਾ ਜਿਹੜਾ ਜੀਵਨ ਹੈ ਦੁੱਬਰ ਕੀਤਾ ਇਸ ਬਿਹਤਰ ਜੀਵਨ ਲਈ ਸਮਾਜ ਦੀ ਜਿਹੜੀ ਲੋੜ ਹੈ ਤਬਦੀਲ ਕਰਨ ਦੀ ਇਹਦੇ ਲਈ ਅਸੀਂ ਪਹਿਲੀ ਵਾਰੀ ਬਹੁਤ ਸਮਿਆਂ ਬਾਅਦ ਸਾਡੇ ਮੁਲਕ ਚ ਇਸ ਗੱਲ ਦੀ ਸਮਝ ਬਣੀ ਹੈ ਖਾਸ ਤੌਰ ਤੇ ਲੋਕਾਂ ਚ ਬਣੀਆ ਕਿਸਾਨਾਂ ਚ ਬਣੀ ਹੈ ਮੇਰੀ ਜੀਵਨ ਦੇ ਹੀਲੇ ਮੇਰੀ ਜ਼ਮੀਨ ਮੇਰਾ ਕੁਛ ਛੋਟੇ ਦੁਕਾਨਦਾਰ ਨੂੰ ਮਹਿਸੂਸ ਹੋਇਆ ਮੇਰਾ ਛੋਟਾ ਕਾਰੋਬਾਰ ਜਿਹੜੀਆਂ ਵੱਡੀਆਂ ਕੰਪਨੀਆਂ ਕਾਰਪੋਰੇਟ ਸੈਕਟਰ ਦੇ ਇਹਨਾਂ ਆਧਾਰਿਆਂ ਨੇ ਖਤਮ ਕਰਨੀਆਂ ਨੇ ਸਾਡੀ ਵਿਦਿਆ ਸਾਡਾ ਹਸਪਤਾਲ ਨਿੱਜੀ ਮੁਨਾਫੇ ਲਈ ਨਿੱਜੀਆ ਕੰਪਨੀਆਂ ਦਿੱਤਾ ਜਾ ਰਿਹਾ ਹੈ ਯਾਨੀ ਪਬਲਿਕ ਦੇ ਹਿੱਤ ਦੀਆਂ ਲੋਕਾਂ ਦੇ ਹਿੱਤ ਦੀਆਂ ਨੀਤੀਆਂ ਪਾਲਿਸੀਆਂ ਖਤਮ ਕਰ ਰਹੀ ਹੈ ਸਾਡੀ ਮੋਦੀ ਸਰਕਾਰ ਇਹ ਤੇ ਅਸੀਂ ਦਾਅਵਾ ਇਹ ਨਾਲ ਕਹਿੰਦੇ ਆ ਤਾਨਾਸ਼ਾ ਸਰਕਾਰ ਹੈ ਸਾਮਰਾਜ ਦੀ ਲੁਟੇਰੀਆਂ ਦੀ ਸਰਕਾਰ ਹੈ ਪਹਿਲੀ ਵਾਰੀ ਸਾਡੇ ਇਹ ਜਿਹੜਾ ਦੋ ਜਮਾਤਾਂ ਦੀ ਜਿਹੜੀ ਸਮਝ ਸਾਨੂੰ ਪਈ ਆ ਸਾਡੇ ਲੋਕਾਂ ਨੂੰ ਕਿਹੜੀ ਜਮਾਤ ਲੜਦੀ ਹੈ ਕਿਹਦੇ ਵਿਰੁੱਧ ਲੜਨਾ ਹੈ ਕਿਉਂ ਲੜਨਾ ਹੈ ਇਹ ਸਾਰੀਆਂ ਨੀਤੀਆਂ ਪਾਲਿਸੀਆਂ ਸਾਨੂੰ ਸਾਫ਼ ਹੈ ਸਮਝ ਆਏ ਇਸ ਕਰਕੇ ਜਿਹੜਾ ਕਹਿੰਦੇ ਨੇ ਮੋਦੀ ਨੇ ਮੂੰਹ ਵਿੱਚ ਆਵਿਆ ਤਾਨਾਸ਼ਾ ਉਹਦਾ ਕਰੈਕਟਰ ਹੈ ਹਰ ਮੰਗ ਨੂੰ ਇਗਨੋਰ ਕਰਦਾ ਸਮਾਣਤ ਤਾਕਤ ਤੇ ਜੋਰ ਸ਼ਾਇਦ ਇਹ ਸਿਸਟਮ ਲੋਕਾਂ ਦੀਆਂ ਮੰਗਾਂ ਨੂੰ ਦਬਾਊਗਾ ਪਰ ਉਨਾਂ ਹੀ ਲੋਕਾਂ ਦਾ ਰੋਹ ਲੋਕਾਂ ਜਿਹਦੇ ਵਿਰੁੱਧ ਬੱਕਰੇ ਬੱਕਰੇ ਲੜਾਈ ਦੇ ਦਾਪੇਚ ਨਾਲ ਦੀ ਨਾਲ ਬਦਲਣਗੇ ਅੰਤਮ ਤੌਰ ਤੇ ਲੋਕ ਤਰ੍ਹਾਂ ਤਰ੍ਹਾਂ ਦੀ ਜਿਹੜੇ ਟੰਗ ਤਰੀਕਿਆਂ ਨਾਲ ਲੰਬੀ ਲੜਾਈ ਲੜਨਗੇ ਔਰ ਜਿੱਤਣਗੇ ਅਗਲੀ ਰਣਨੀਤੀ ਕੀ ਹੋਊਗੀ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਹ ਸੰਘਰਸ਼ ਕਾਫੀ ਲੰਬਾ ਵੀ ਚੱਲ ਸਕਦਾ ਹੈ ਕਿਉਂਕਿ ਜਿਵੇਂ ਦਾੜੀ ਵਾਲ ਰਵਈਆ ਸਰਕਾਰਾਂ ਅਪਣਾ ਰਹੀ ਹੈ ਦੇਖੋ ਮੈਂ ਨਰਮਲ ਸਿੰਘ ਢਾਲੀਵਾਲ ਕੌਮੀ ਕਾਉਂਸਲ ਮੈਂਬਰ ਸੀਪੀਆਈ ਅੱਜ ਅਸੀਂ ਪਟਿਆਲੇ ਵੱਖ-ਵੱਖ ਪਾਰਟੀਆਂ ਦੇ ਸਾਂਝੇ ਫਰੰਟ ਵੱਲੋਂ ਕਿਸਾਨ ਮੂਵਮੈਂਟ ਦੀ ਹਮਾਇਤ ਦੇ ਵਿੱਚ ਲੋਕਾਂ ਦੀ ਸਮਝ ਦਾ ਹਿੱਸਾ ਬਣਾਉਣ ਵਾਸਤੇ ਵੀ ਇਹਦੇ ਪਿੱਛੇ ਸਾਜਸ਼ਣ ਕਿਹੜੀਆਂ ਕੰਮ ਕਰਦੀਆਂ ਨੇ ਔਰ ਸੰਘਰਸ਼ ਕਿੰਨਾ ਲੰਮਾ ਹੋ ਸਕਦਾ ਇਹਦੇ ਵੱਖ-ਵੱਖ ਪਹਿਲੂਆਂ ਤੇ ਵਿਚਾਰ ਕਰਨ ਵਾਸਤੇ ਅਸੀਂ ਇਕੱਠ ਸਦਿਆ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਵੀ ਸੰਘਰਸ਼ ਲੰਮਾ ਚੱਲ ਸਕਦਾ ਹੈ ਕਿਉਂਕਿ ਜਿਹੜੀ ਵਰਤਮਾਨ ਸਰਕਾਰ ਹੈ ਕਾਰਪੋਰੇਟਾਂ ਦੇ ਅਜਾਰੇਦਾਰਾਂ ਦੀ ਜੋਟੀਦਾਰ ਸਰਕਾਰ ਹੈ ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਕੰਮ ਕਰਦੀ ਹੈ ਕਾਰਪੋਰੇਟਿਕ ਏਜੰਡੇ ਨੂੰ ਅੱਗੇ ਵਧਾਉਂਦਿਆਂ ਉਹਨੇ ਸੰਵਿਧਾਨਕ ਸੌਂਹਾਂ ਖਾ ਕੇ ਵੀ ਗੋਪਤ ਭੇਦ ਰੱਖਣ ਦੇ ਜਿਹੜੀਆਂ ਉਹ ਸੌਹਾ ਖਾਣ ਦੇ ਬਾਵਜੂਦ ਵੀ ਸਾਲ ਪਹਿਲਾਂ ਤੋਂ ਇਹ ਤਿਆਰੀ ਬੱਤੀ ਹੋਈ ਸੀ ਤੇ ਕਾਰਪੋਰੇਟਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਸਾਡੇ ਹੱਕ ਦੇ ਵਿੱਚ ਕਾਨੂੰਨ ਬਣਨ ਜਾ ਰਹੇ ਨੇ ਉਹਨਾਂ ਨੇ ਵੱਡੇ ਵੱਡੇ ਗੋਡਾਊਨ ਸਾਰੇ ਅਡਾਨੀਆਂ ਵਰਗੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਇਹ ਸਰਕਾਰ ਸਾਨੂੰ ਵੀ ਹੈ ਵੀ ਉਹਨਾਂ ਦੀ ਜੋਟੀਦਾਰੀ ਛੱਡ ਨਹੀਂ ਸਕਦੀ ਇਹਦਾ ਪਬਲਿਕ ਨਾਲ ਗਰੀਬ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਛੋਟੇ ਵਪਾਰੀ ਵਰਗ ਨਾਲ ਹਰ ਤਬਕੇ ਨਾਲ ਇਹਦਾ ਜਿਹੜੀ ਸਿੰਮਪਤੀ ਦਿਖਾਉਂਦੇ ਰਹੋ ਉਹ ਲਿਪਸਰ ਬਸਾ ਸਿਰਫ ਅੰਦਰੂਨੀ ਤੌਰ ਤੇ ਉਹ ਇਹਨਾਂ ਨੂੰ ਸੋਸ਼ਿਤ ਵਰਗ ਹੀ ਸਮਝ ਕੇ ਇਹਨਾਂ ਦੀ ਲੁੱਟ ਸੁੱਟ ਕਰਕੇ ਕਾਰਪੋਰੇਟ ਘਰਾਣੇ ਦੀ ਝੋਲੀ 'ਚ ਪਾਉਣਾ ਚਾਹੁੰਦੇ ਨੇ ਸਾਨੂੰ ਵੀ ਪਤਾ ਸਾਡੀ ਕਿਸਾਨ ਜਿਹੜਾ ਜਾਗਰੂਕ ਹੋਇਆ ਔਰ ਉਹਦੇ ਨਾਲ ਜਿਹੜੀ ਹਮਾਇਤ ਸਾਰੇ ਵਰਗਾਂ ਨੂੰ ਵੱਖ-ਵੱਖ ਵਰਗਾਂ ਨੂੰ ਸਮਝ ਪਈ ਹੈ ਗੱਲ ਵੀ ਇਹ ਕੱਲੀ ਕਿਸਾਨੀ ਨਹੀਂ ਡੁੱਬਣੀ ਇਹਦੇ ਨਾਲ ਬਹੁਤ ਸਾਰੇ ਕਿਤੇ ਧੰਦੇ ਬੜਾ ਵੱਡਾ ਪ੍ਰਭਾਵ ਪੈਣਾ ਹੈ ਖੇਤੀ ਆਰਥਿਕਤਾ ਦੇ ਉੱਤੇ ਔਰ ਦੂਜੇ ਲੋਕਾਂ ਦੇ ਉੱਤੇ ਵੀ ਇਸ ਕਰਕੇ ਜਿਹੜਾ ਆਧਾਰ ਵਧਦਾ ਜਾ ਰਿਹਾ ਇਸ ਮੂਮੈਂਟ ਦਾ ਇਹਦੇ ਤੋਂ ਸਾਨੂੰ ਪੱਕਾ ਯਕੀਨ ਹੈ ਵੀ ਜਿੰਨਾ ਮਰਜੀ ਲੰਬਾ ਇਮਤਿਹਾਨ ਲੈ ਲੇ ਮੋਦੀ ਸਰਕਾਰ ਇਹ ਇਹ ਸੰਘਰਸ਼ ਹਾਰੂਗਾ ਨਹੀਂ ਜਿੱਤੂਗਾ ਇਹ ਸੰਘਰਸ਼ ਦਾ ਆਧਾਰ ਜਿਹੜਾ ਵਧਦਾ ਜਾ ਰਿਹਾ ਹੈ ਰਾਜਨੀਤਿਕ ਪਾਰਟੀਆਂ ਜਿਹੜੀਆਂ ਬਰਜੂਆ ਪਾਰਟੀਆਂ ਨੇ ਅਕਾਲੀ ਦਲ ਹੋ ਗਿਆ ਜਿਵੇਂ ਖੇਤਰੀ ਪਾਰਟੀ ਬਰਜੂਆ ਪਾਰਟੀ ਹੈ ਵੀ ਕਾਂਗਰਸ ਵੀ ਇਸ ਤਰ੍ਹਾਂ ਦੇ ਹੋਰ ਖੇਤਰੀ ਪਾਰਟੀਆਂ ਜਿਵੇਂ ਹਰਿਆਣੇ ਦੇ ਵਿੱਚ ਆਂਧਰਾ ਦੇ ਵਿੱਚ ਆਸਾਮ ਦੇ ਵਿੱਚ ਬਿਹਾਰ ਦਾ ਨਤੀਸ਼ ਕੁਮਾਰ ਇਹ ਸਾਰੇ ਵੀ ਅੰਦਰੋਂ ਮਤਲਬ ਜੋ ਸਪੋਰਟ ਦੇ ਵਿੱਚ ਖੜੇ ਸੀ ਮੋਦੀ ਦੇ ਉਹ ਸਾਰੇ ਬੇਪਰਦ ਹੋ ਰਹੀਆਂ ਨੇ ਉਹ ਪਾਰਟੀਆਂ ਉਹਨਾਂ ਨੂੰ ਵੀ ਕਿਸਾਨੀ ਅਜੰਡੇ ਦੇ ਉੱਤੇ ਆਉਣਾ ਪੈਣਾ ਤੇ ਨਹੀਂ ਤਾਂ ਉਹਨਾਂ ਨੂੰ ਖਮਾਜੇ ਜਿਹੜੇ ਭੁਗਤਣੇ ਪੈਣੇ ਨੇ ਸੋ ਇਸ ਕਰਕੇ ਸਾਨੂੰ ਬੜਾ ਯਕੀਨ ਹੈ ਵੀ ਇੱਕ ਵਾਤਾਵਰਨ ਹੈ ਜਿਹੜਾ ਬਹੁਤ ਵੱਡਾ ਵਾਤਾਵਰਨ ਲੁੱਟਣ ਵਾਲਿਆ ਤੇ ਲੁੱਟੇ ਜਾਣ ਵਾਲਿਆਂ ਦੇ ਵਿਚਾਰੇ ਜਿਹੜੀ ਲਕੀਰ ਹੈ ਖਿੱਚੀ ਹੋਈ ਸੀ ਉਹ ਸਪਸ਼ਟ ਨਜ਼ਰ ਆ ਰਹੀ ਹੈ ਵੱਡੇ ਵਰਗ ਨੂੰ ਤੇ ਉਹ ਸਾਰੇ ਇਕੱਠ ਹੋ ਕੇ ਇਸ ਲੜਾਈ ਨੂੰ ਜਿੱਤਣਗੇ ਤੇ ਸਰਕਾਰ ਨੂੰ ਇਹ ਕਾਲੇ ਕਾਨੂੰਨ ਜਿਹੜੇ ਖੇਤੀ ਵਿਰੋਧੀ ਲੋਕ ਵਿਰੋਧੀ ਕਾਨੂੰਨ ਨੇ ਜਿਹੜੇ ਇਹ ਸਾਰੇ ਵਾਪਸ ਲੈਣੇ ਪੈਣਗੇ ਸਾਡਾ ਯਕੀਨ ਹੈ ਸੋ ਬਿਲਕੁਲ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਇੱਕੋ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਜਿਹੜੇ ਇਹ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ ਉਹ ਹਰ ਹਾਲਤ ਦੇ ਵਿੱਚ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪੈਣਗੇ ਜਿੰਨਾ ਮਰਜੀ ਸਮਾ ਸੰਘਰਸ਼ ਚੱਲੇ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਇਸੇ ਤਰ੍ਹਾਂ ਮੋਰਚਿਆਂ ਤੇ ਡਟੇ ਰਾਵਾਂਗੇ ਇਸੇ ਤਰ੍ਹਾਂ ਪ੍ਰੋਟੈਸਟ ਕਰੀ ਜਾਵਾਂਗੇ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਅੜੀਅਲ ਰਵਈਆ ਨਹੀਂ ਛੱਡਦੀ ਕੈਮਰਾ ਪਰਸਨ ਵਰੁੰਦੇ ਨਾਲ ਅਮਨਦੀਪ ਸਿੰਘ ਅਜੀਤ ਵੈਬ ਟੀਵੀ ਪਟਿਆਲਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ